हाँ जी, वेलकम बैक। थोड़ा अपना होस्ट शाहिद शब्बीर वापस आ गया। मैं अज रावलपिंडी किसे काम तो आया सी, ते कुछ यादा जड़ियाँ 2014 दे विच मैं पिक्चर्स दी सूरत दे विच। हाँ जी जी, पहले मैं पिक्चर्स दी सूरत च काम शुरू कीता सी 2014 च, फिर उस तो बाद 2016 दे विच आके USA तो मैं लाइव होना शुरू होया सी जाके। वो भी क्रेडिट जांदा डॉक्टर दलवीर सिंह पन्नू ने, ਜਦੋਂ ਉਹਨਾਂ ਨੇ ਮੈਨੂੰ ਪਹਿਲੀ ਵਾਰੀ ਦੱਸਿਆ ਕਿ ਕਿਉਂਕਿ ਉੱਥੇ 4G ਚੱਲ ਰਿਹਾ ਸੀ ਔਰ ਇੱਥੇ 4G ਨਹੀਂ ਸੀ ਚੱਲ ਰਿਹਾ ਪਾਕਿਸਤਾਨ ਦੇ ਵਿੱਚ, ਅਤੇ ਮੈਂ ਇਸ ਵੇਲੇ ਪਹੁੰਚਿਆ ਹੋਇਆ ਵਾਂ ਨਿਊ ਸਰਾਫਾ ਬਾਜ਼ਾਰ ਰਾਵਲਪਿੰਡੀ ਦੇ ਅੰਦਰ। ਨਿਊ ਸਰਾਫਾ ਬਾਜ਼ਾਰ ਜਾਂ ਪੁਰਾਣਾ ਬੋਹੜ ਬਾਜ਼ਾਰ ਵੀ ਕਿਹਾ ਜਾਂਦਾ ਇਹਨੂੰ, ਕਿਉਂਕਿ ਪੁਰਾਣਾ ਜਿਹੜਾ ਕਹਾਂਗਾ ਕਿ ਜਿਹੜਾ ਜੈਨੀਆਂ ਦਾ ਮੁਹੱਲਾ ਸੀ। ਥੈਂਕ ਯੂ ਅਬਦੁਲ ਮਨਾਨ ਸਾਹਿਬ, ਬਹੁਤ ਸ਼ੁਕਰੀਆ ਤੁਸੀਂ ਆਏ। ਔਰ ਜ਼ਰਾ ਦੋਸਤ ਜੁੜ ਜਾਣ ਅਤੇ ਫਿਰ ਅਗਲੀ ਗੱਲ ਕਰਨੇ ਹਾਂ। ਮੈਂ ਤੁਹਾਨੂੰ ਦਿਖਾਵਾਂਗਾ ਅੱਜ ਸੈਗਲ ਮੰਦਿਰ, ਉਹਦੇ ਨਾਲ ਜੁੜੀ ਹੋਈ ਇੱਕ ਧਰਮਸ਼ਾਲਾ, ਠੀਕ ਹੈ ਜੀ। ਇਹ ਨਿਗਲੈਕਟਿਡ ਹੈਰੀਟੇਜ ਜਿਹੜਾ ਹਮੇਸ਼ਾ ਤੋਂ ਸਾਡਾ ਉਹ ਰਿਹਾ ਹੈ, ਟੋਪਿਕ ਰਿਹਾ, ਔਰ ਕੋਸ਼ਿਸ਼ ਕਰਾਂਗੇ ਕਿ ਉਹੀ ਚੀਜ਼ਾਂ ਸਾਹਮਣੇ ਲੈ ਕੇ ਆਵਾਂਗੇ ਜਿਹੜੀਆਂ ਅਨਮੈਂਟੇਨ ਜਾਂ ਜਿਹੜੀਆਂ ਬਹੁਤ ਜ਼ਿਆਦਾ ਖਸਤਾ ਹਾਲਤ ਵਿੱਚ ਨੇ। ਦੱਸਿਆ ਜਾਂਦਾ ਕਿ ਰਾਵਲਪਿੰਡੀ ਦੇ ਅੰਦਰ ਕੁੱਲ ਮਿਲਾ ਕੇ 48 ਮੰਦਰ ਸਨ, ਜਿਨ੍ਹਾਂ ਦੇ ਵਿੱਚੋਂ 26 ਤੋਂ 28 ਮੰਦਰ ਜਿਹੜੇ ਨੇ ਮੈਂ ਲੱਭ ਚੁੱਕਿਆ। ਕੁਛ ਜਿਹੜੇ ਨੇ ਘਰਾਂ ਦੇ ਅੰਦਰ ਨੇ, ਪ੍ਰਾਈਵੇਟ ਨੇ, ਕੁਛ ਛੋਟੇ ਮੰਦਰ ਨੇ। ਇਸ ਵਾਸਤੇ ਸ਼ਾਇਦ ਮੈਂ ਉਹ ਨਾ ਦਿਖਾ ਪਾਵਾਂ, ਲੇਕਿਨ ਕਾਫੀ ਚੀਜ਼ਾਂ ਜਿਹੜੀਆਂ ਨੇ ਇਹਨਾਂ ਮੰਦਰਾਂ ਦੀਆਂ ਉਹ ਆਪਣੀ ਅਸਲ ਹਾਲਤ ਦੇ ਵਿੱਚ ਨੇ। ਮੈਂ ਅੱਜ ਆਇਆ ਹਾਂ ਸੈਗਲ ਮੰਦਰ ਕੋਲ। ਸੈਗਲਾਂ ਦਾ ਆਪਣਾ ਇੰਡੀਪੈਂਡੈਂਟ ਇੱਕ ਮੰਦਰ ਸੀ। ਸੈਗਲ ਫੈਮਿਲੀਜ਼ ਜਿਹੜੀਆਂ ਨੇ ਚਕਵਾਲ ਤੋਂ ਮਾਈਗ੍ਰੇਟ ਹੋਈਆਂ, ਠੀਕ ਹੈ ਜੀ। ਔਰ ਚਕਵਾਲ ਜਿਹੜਾ ਉਹਦਾ ਪੁਰਾਣਾ ਨਾਮ ਜਿਹੜਾ ਸੀ ਖੋਤੀਆਂ, ਜੀ ਹਾਂ ਜੀ, ਫੀਮੇਲ ਯਾਨੀ ਕਿ ਡੋਂਕੀ ਔਰ ਮੇਅਰ ਜਿਹੜਾ ਹੈ, ਹਾਰਸ ਮੇਅਰ ਜਿਹੜਾ ਹੈ ਉਹ ਵਾਲਾ ਜਿਹੜੀ ਹੈ ਨਾ। ਸਤਿ ਸ਼੍ਰੀ ਅਕਾਲ ਜੀ, ਔਰ ਤੁਹਾਨੂੰ ਫਿਰ ਦਿਖਾਉਂਦੇ ਹਾਂ ਜੀ, ਆਓ ਦਰਸ਼ਨ ਕਰੋ ਜੀ। ਉਹ ਦੇਖੋ ਟੋਪ ਦੇ ਉੱਤੇ ਤੁਸੀਂ ਗੋਲਡ ਪਲੇਟਡ ਚਮਕ ਰਿਹਾ ਜਿਹੜਾ, ਠੀਕ ਹੈ। ਸੈਗਲ ਮੰਦਰ ਓਲਡ ਰਾਵਲਪਿੰਡੀ ਦੇ ਅੰਦਰ ਬਹੁਤ ਸੋਹਣਾ ਜੀ, ਅੱਛੀ ਅਸਲ ਹਾਲਤ ਦੇ ਵਿੱਚ ਹੈ ਹਲੇ ਵੀ। ਮੈਂ ਤੁਹਾਨੂੰ ਇੱਥੋਂ ਥੋੜ੍ਹੀ ਜਿਹੀ ਮੈਂ ਦਿਖਾਉਣਾ ਮੰਦਰ ਵਾਲੀ ਸਾਈਡ ਤੋਂ ਹੋ ਕੇ, ਸ਼ਾਇਦ ਉੱਥੋਂ ਥੋੜ੍ਹਾ ਬਿਹਤਰ ਨਜ਼ਰ ਆ ਜਾਵੇ। ਕੋਈ ਕਾਰ ਪਾਰਕਿੰਗ ਬਣੀ ਹੋਈ, ਬਿਲਡਿੰਗ ਟੁੱਟੀ ਹੈ ਤਾਂ। ਹਾਂਜੀ ਜੀ, ਇਹ ਕੁਛ ਬਿਹਤਰ ਹੈ। ਆਹ ਦੇਖੋ ਤੁਸੀਂ ਟੋਪ ਹੈਡ ਜਿਹੜਾ, ਔਰ ਫਿਰ ਅੱਗੇ ਤੁਹਾਨੂੰ ਲੈ ਕੇ ਚੱਲਣਾ ਵਾ। ਔਰ ਮੈਂ ਤੁਹਾਨੂੰ ਦਿਖਾਉਣਾ ਵਾ ਇਹਦਾ ਐਂਟਰੈਂਸ ਕਿੱਥੋਂ ਸੀ। ਐਂਟਰੈਂਸ ਦਿਖਾ ਕੇ ਫਿਰ ਤੁਹਾਨੂੰ ਇਹਦੇ ਨਾਲ ਜੁੜੀ ਹੋਈ ਧਰਮਸ਼ਾਲ ਜਿਹੜੀ ਹੈ, ਸੋਰੀ ਨਾਲ ਹੀ ਜੁੜੇ ਹੋਏ ਪੁਰਾਣੇ ਘਰ। ਬਹੁਤ ਸੋਹਣਾ ਕੰਮ, ਬਹੁਤ ਹੀ ਯੂਨੀਕ ਇੱਥੇ ਦਾ ਆਰਕੀਟੈਕਚਰ। ਰਾਵਲਪਿੰਡੀ ਦੀ ਤਾਰੀਖ ਔਰ ਸਕਾਫਤ, ਮੈਂ ਕਹਾਂਗਾ ਕਿ ਨੌਨ ਮੁਸਲਿਮ ਹੈਰੀਟੇਜ ਤੋਂ ਬਗੈਰ ਜਿਹੜਾ ਨਾਮੁਮਕਿਨ ਹੈ। ਆਹ ਦੇਖੋ ਤੁਸੀਂ ਕਿੰਨਾ ਉੱਚਾ। ਆ ਪਲੀਜ਼ ਮੈਨੂੰ ਇਨਵਾਈਟ ਨਹੀਂ ਕਰੋ ਕਾਲ ਦੇ ਵਿੱਚ, ਮੈਂ ਨਹੀਂ ਲਾਂਗਾ ਕਿਸੇ ਨੂੰ ਵੀ। ਥੈਂਕ ਯੂ, ਪਲੀਜ਼ ਹਿਡਨ ਰੱਖੋ, ਲੋਡ ਵੱਧ ਰਿਹਾ, ਫਿਰ ਉਸ ਤੋਂ ਬਾਅਦ ਵੀਡੀਓ ਸਹੀ ਨਹੀਂ ਹੋਏਗੀ। ਇਹ ਇੰਟਰਸਟ ਹੈ ਜੀ। ਟੈਂਪਲ ਦੀ ਇੰਟਰਸਟ ਹੈ, ਮੰਦਿਰ ਦੀ ਉੱਤੇ ਫਸਟ ਫਲੋਰ ਨੂੰ ਜਾਣ ਵਾਲਾ ਰਸਤਾ। ਔਰ ਇਹ ਹੈ ਉਹ ਜਿਹੜੀ ਮੈਂ ਕਹਿ ਰਿਹਾ ਸੀ ਧਰਮਸ਼ਾਲ, ਬਹੁਤ ਹੀ ਮੰਦਾ ਹਾਲ ਹੈ। ਇਹਦੀਆਂ ਦੋ ਇੰਟਰਸਟ ਨੇ ਮੈਨ, ਠੀਕ ਹੈ ਜੀ, ਕਿਉਂਕਿ ਇਹ ਤਮਾਮ ਜੁੜਿਆ ਹੋਇਆ ਸੀ ਸੈਗਲ ਫੈਮਿਲੀ ਦੇ ਨਾਲ। ਨੋਟ ਦੈਟ ਸੈਗਲ ਵਾਜ਼ ਅ ਸਿੰਗਰ, ਬਟ ਸੈਗਲਸ।
ठीक है जी। एक चीज़ मैं तुहानू बड़ी प्यारी जी दिखावांगा, वो है इत्थे दा आर्कीटेक्चर, वो गलियां दे विच है अंदर। छतां डिग गईयां, उचड़े बागां दे गालड़ पटवारी, एवें नहीं किसे क्या ठीक क्या। ओ विच मंदिर दिस रहे, अल मशहूर सैगल वाला मंदिर, सैगलों का मंदिर, रावलपिंडी। सॉरी जी, मैं कॉल च नहीं ले सकता किसी ने भी। ड्यूरिंग तुसी प्लीज़ मेरी जो वीडियो चल रही होंगी मैं कॉल वास्ते इनवाइट ना करया करो प्लीज़, फिर मेरी वीडियो खराब हो जाती है जी। ये धर्मशाल दी खिड़कियां ने जी, माओ ये अलमारियां ने धर्मशाल दियां, अगे घर ने पुराने कुछ। ठीक है जी, बहुत वड्डा दरवाज़ा सी, इहदा एक अंदर गली च सी, कूचा चौधरी बलोच गली नंबर 2 लिखा होया। ऐ पिलर तो तुसीं अंदाजा कर सकते हो। कि क्या शानदार बिल्डिंग होएगी उस वेले। रब रखा जी।